ਜੇਕਰ ਤੁਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਲਾਹੇਵੰਦ ਹੋ ਸਕਦੀ ਹੈ, ਕਿਉਂਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਹੁਣ ਤੱਕ ਜਿਹੜੇ ਸ਼ਰਧਾਲੂ ਥੋੜੀਆਂ ਬਹੁਤ ਦਿੱਕਤਾਂ ਦੇ ਬਾਵਜੂਦ ਇਧਰੋਂ ਸਮਾਨ ਲਿਜਾਉਣ ਤੇ ਉਧਰੋਂ ਨਿਸ਼ਾਨੀ ਦੇ ਰੂਪ ਵਿੱਚ ਸਮਾਨ ਲਿਆ ਸਕਦੇ ਸਨ, ਸਰਕਾਰ ਨੇ ਉਸ ਤੇ ਵੀ ਰੋਕ ਲਾ ਦਿੱਤੀ ਹੈ। ਨਵੇਂ ਸਾਲ ਤੋਂ ਸ਼ਰਧਾਲੂ ਸਿਰਫ ਪ੍ਰਸ਼ਾਦ ਨੂੰ ਛੱਡ ਕੇ ਨਾ ਇਧਰੋਂ ਕੋਈ ਚੀਜ਼ ਲਿਜਾ ਸਕਦੇ ਨੇ ਤੇ ਨਾ ਉਧਰੋਂ ਕਰਤਾਰਪੁਰ ਸਾਹਿਬ ਵਾਲੇ ਪਾਸੋਂ ਕੋਈ ਚੀਜ਼ ਲਿਆ ਸਕਦੇ ਨੇ। ਨਹੀਂ ਯਕੀਨ ਤਾਂ ਆ ਸੁਣੋ ਜਰਾ ਤਾਜ਼ੇ ਤਾਜ਼ੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਸ਼ਰਧਾਲੂ ਦੇ ਮੂੰਹੋਂ। ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਜ਼ਿਆਦਾ ਵਧੀਆ ਜੀ। ਅੱਜ ਨਵਾਂ ਸਾਲ, ਨਵੀਂ ਸ਼ੁਰੂਆਤ ਜੀ, ਯਾਤਰਾ ਤੋਂ ਜੀ ਸ਼ੁਰੂਆਤ ਕੀਤੀ, ਉਹ ਵੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ। ਬਹੁਤ ਵਧੀਆ ਲੱਗ ਰਿਹਾ ਜੀ। ਦਿੱਕਤ ਪਰੇਸ਼ਾਨੀਆਂ ਤਾਂ ਬਹੁਤ ਆਈ, ਪਰ ਹੁਣ ਯਾਤਰਾ ਜਿਹੜੀ ਕੀਤੀ ਉਹਦੇ ਅੱਗੇ ਤਾਂ ਹੁਣ ਦਿੱਕਤਾਂ, ਚਲੋ ਕੁਛ ਵੀ ਨਹੀਂ ਜੀ, ਉਹ ਫਿਰ ਵੀ ਚਲੋ ਆਪਣੇ ਠੀਕ ਹੈ ਜੀ। ਸਰਕਾਰਾਂ ਨੇ ਜੋ ਕਰ ਰੱਖੇ ਜੀ, ਕਾਨੂੰਨ ਥੋੜ੍ਹੇ ਸਖਤ ਕਰ ਰੱਖੇ ਇੱਧਰ ਜੀ, ਉੱਧਰੋਂ ਹੁਣ ਚਲੋ ਗਏ ਹਾਂ ਜੀ, ਜਾਇਆ ਨਹੀਂ ਜਾਂਦਾ, ਵਾਰ ਵਾਰ ਗਏ ਹਾਂ, ਥੋੜ੍ਹਾ ਬਹੁਤ ਲਿਆਉਂਦਾ, ਚਾਹੁੰਦੇ ਹਾਂ ਕੁਛ ਨਹੀਂ ਲਿਆਉਣ ਦਿੰਦੇ ਬਸ। ਦਿੱਕਤ ਪਰੇਸ਼ਾਨੀ ਹੁਣ ਕਹਿੰਦੇ ਕਾਨੂੰਨ ਹੈ ਬਸ ਜੀ, ਕਿਆ ਕਰ ਸਕਦੇ ਹਾਂ ਅਸੀਂ, ਜਿਹੜਾ ਬਣਾ ਤਾ ਜੀ ਇਹਨਾਂ ਨੇ ਜੀ, ਇੱਧਰੋਂ ਵੀ ਨਹੀਂ ਲੈ ਕੇ ਜਾਣ ਦਿੰਦੇ, ਉੱਧਰੋਂ ਵੀ ਨਹੀਂ ਲੈ ਕੇ ਆਉਂਦੇ ਜੀ, ਪ੍ਰਸ਼ਾਦ ਲੈ ਕੇ ਆ ਸਕਦੇ ਹੋ ਜੀ। ਹਾਂਜੀ, ਪੁੱਛਿਆ ਸੀ, ਕਹਿੰਦੇ ਕਾਨੂੰਨ ਹੈ ਬਸ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਪਿਛੋਕੜ ਪਾਕਿਸਤਾਨ ਨਾਲ ਜੁੜਾ ਹੋਇਆ, ਲਿਹਾਜ਼ਾ ਭਾਰਤ 'ਚ ਬੈਠੇ ਬਜ਼ੁਰਗਾਂ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਉਸ ਧਰਤੀ ਨਾਲ ਸੰਬੰਧਿਤ ਕੋਈ ਨਿਸ਼ਾਨੀ ਜ਼ਰੂਰ ਰੱਖਣ ਜਿਸ 'ਤੇ ਉਹ ਜੰਮਪਲ ਨੇ, ਪਰ ਭਾਰਤ ਪਾਕ ਸਰਕਾਰਾਂ ਵੱਲੋਂ ਲਏ ਗਏ ਇਸ ਫੈਸਲੇ ਕਾਰਨ ਹੁਣ ਉਹ ਸੰਭਵ ਨਹੀਂ, ਜਿਸ ਦਾ ਸ਼ਰਧਾਲੂਆਂ ਨੂੰ ਬੇਹੱਦ ਦੁੱਖ ਹੈ। ਉੱਧਰ ਲੰਗਰਾਂ 'ਚ ਕੋਈ ਆਪਦੀ ਸ਼ਰਧਾ ਨਾਲ ਸਮਾਨ ਪਾਉਣਾ ਚਾਹੁੰਦੇ ਸੀਗੇ, ਰਸਤਾ ਲਾ ਲਓ ਵੀ ਉਹ ਨਹੀਂ ਸਾਨੂੰ ਲਿਜਾਣ ਦਿੱਤੀਆਂ ਗਈਆਂ, ਅਤੇ ਉੱਧਰਲੀ ਸਾਈਡ ਤੋਂ ਅਸੀਂ ਇੱਧਰ ਕੋਈ ਆਪਣੇ ਦਾਦਿਆਂ ਵਾਸਤੇ ਲਾ ਲਓ, ਬਜ਼ੁਰਗਾਂ ਵਾਸਤੇ ਕੋਈ ਨਿਸ਼ਾਨੀ ਲੈ ਕੇ ਜਾਣੀ ਸੀਗੀ ਜਿਹੜੀ, ਸਾਨੂੰ ਉਹ ਨਹੀਂ ਲਿਆਉਣ ਦਿੱਤੀ ਗਈ। ਸਰ ਇਹ ਕੁਛ ਪਾਬੰਦੀਆਂ ਦੀਆਂ ਜਿਹੜੀਆਂ ਦਿੱਕਤਾਂ ਨੇ, ਇਹ ਪਾਬੰਦੀਆਂ ਦੂਰ ਕੀਤੀਆਂ ਜਾਣ। ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਸ਼ਰਧਾਲੂਆਂ ਵਾਸਤੇ ਜਿਹੜੀਆਂ ਇਹ ਪਾਬੰਦੀਆਂ ਨੇ ਇਹ ਹਟਾਈਆਂ ਜਾਣ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਇੱਕ ਤਾਂ ਪਹਿਲਾਂ ਹੀ 5,000 ਸ਼ਰਧਾਲੂ ਰੋਜ਼ਾਨਾ ਕਰਤਾਰਪੁਰ ਸਾਹਿਬ ਆਉਣ ਦਾ ਟੀਚਾ ਪੂਰਾ ਨਹੀਂ ਹੋ ਰਿਹਾ, ਤੇ ਦੂਜਾ ਪਾਕਿਸਤਾਨ ਨੂੰ ਸਮਾਨ ਲਿਆਉਣ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ, ਜਿਸ ਨਾਲ ਬਿਨਾਂ ਸ਼ੱਕ ਪਾਕਿਸਤਾਨ ਸਰਕਾਰ ਵੱਲੋਂ ਧਾਰਮਿਕ ਸੈਰ ਸਪਾਟਾ ਦੇ ਲਿਹਾਜ਼ ਨਾਲ ਖੋਲ੍ਹੇ ਗਏ ਇਸ ਲਾਂਘੇ ਦਾ ਮਕਸਦ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਜੇਕਰ ਇਸ ਦਾ ਅਸਰ ਪਾਕਿਸਤਾਨ ਵਾਲੇ ਪਾਸਿਓਂ ਲਾਂਘੇ ਦੀ ਰਾਜਨੀਤੀ ਉੱਤੇ ਵੀ ਪੈ ਜਾਵੇ ਤਾਂ ਇਸ 'ਤੇ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।